ਕੋਈ ਘੁਟਾਲਾ ਨੀ ਹੋਇਆ ਜੀ। ਨਾ ਸਰ ਮੈਂ ਸਮਝ ਆਉਂਦਾ ਜਿਹੜੇ ਐਡ ਵੀ ਆ ਰਹੀ ਹੈ ਸਾਰਾ ਨਿਊਟਰਲਾਈਜ਼ ਹੋ ਗਿਆ ਹੈਗਾ 15-16 ਜਾਂ 16-17 ਦੀ 85 ਲੱਖ ਦੀ ਐਡ ਆ ਰਹੀ ਹੈ। ਤੁਹਾਡੇ ਨਾਲ ਸੁਲਝਾ ਦਿੰਦੇ ਹਾਂ ਇੱਕ ਇੱਕ ਹਿਸਾਬ ਦੇਖ ਦਿਓ। ਅਸੀਂ ਤਾਂ ਪ੍ਰੈਸ ਸਾਡਾ ਤਾਂ ਸਿਰਫ ਸਾਹਮਣੇ ਹੈ ਸਾਰੀ ਚੀਜ਼। ਵੀ ਰਿਪੋਰਟ ਦਿੱਤੀ ਹੈ ਜਿਹੜੀ ਲਿਮਿਟ ਬਣਾਈ ਉਹ ਸ਼ੋਅ ਕਰਦਾ ਸਾਡੇ ਕੋਲ ਅਨਾਜ ਹੈ, ਅਨਾਜ ਹੈ ਨਹੀਂ ਸੀ, ਇਹ ਨਹੀਂ ਅਸੀਂ ਕਹਿ ਰਹੇ ਗੁਰਦ ਗੁਰਦ ਹੋ ਜੀ ਇੱਕ ਚੀਜ਼ ਦਾ ਕੈਦ ਦੀ ਰਿਪੋਰਟ ਚ ਆਇਆ ਜੀ ਜਿਹੜੀ ਸਾਹਿਬ ਨੇ ਕੋਈ ਆਖਦੇ ਜੀ ਤਾਂ ਇੰਨਾ ਸਾਡੇ ਤੇ ਇੱਕ ਅਸੀਂ ਹਿਸਾਬ ਲੈ ਨਾ ਨਾ ਉਹਦੇ ਜਿਹੜੇ ਆਰਬਿਟ੍ਰੇਸ਼ਨ ਕੇਸਿਸ ਹੈ ਬਿਟਵੀਨ ਡਿਫਰੈਂਟ ਡਿਫਰੈਂਟ ਗ੍ਰੀਨ ਪ੍ਰੋਕਿਉਰਮੈਂਟ ਏਜੰਸੀਜ਼ ਐਂਡ ਦੀ ਸੈਲਰਸ ਅਸੀਂ ਆਪ ਸੈਂਟਰਲ ਗਵਰਨਮੈਂਟ ਨੂੰ ਆਖਿਆ ਇਹ ਰਿਕਾਰਡ ਚੈੱਕ ਇਹ ਸਾਰਾ ਜਿੰਨਾ ਫੂਡ ਦਾ ਹਿਸਾਬ ਹੈ ਇਹ ਸਾਡਾ ਕਰੋ ਮੁਕਾਓ ਮੈਨੂੰ ਜਦੋਂ ਸੱਦ ਲਓ ਉਹਨਾਂ ਨੂੰ ਸੱਦ ਲਓ ਅਫਸਰਾਂ ਨੂੰ ਸੱਦ ਲਓ ਮੈਂ ਤੁਹਾਨੂੰ ਵੀ ਓਨਾ ਹੀ ਸਤਿਕਾਰ ਕਰਦੇ ਹਾਂ ਜਿੰਨਾ ਵੱਡੀ ਤੋਂ ਵੱਡੀ ਪਾਰਟੀ ਦੇਖੋ ਡਿਪਾਰਟਮੈਂਟ ਨੇ ਦਿੱਤੇ ਮੈਂ ਤਾਂ ਕਹਿ ਰਿਹਾ ਸਿੰਪਲ ਜੀ ਗੱਲ ਹੈ ਕੋਈ ਇਹਦੀ ਕੋਈ ਲੰਮਾ ਚੌੜਾ ਡੂੰਘਾ ਸਾਹਿਬ ਹੈ ਕਿੰਨਾ ਗਿਆ ਕਿੰਨੀ ਕਣਕ ਦਿੱਤੀ ਗਈ ਕਿੰਨੇ ਚੰਗਾ ਜੀ।